ਮੁਕੱਦਸ ਇਮਰਾਨ 1995 ਤੱਕ ਸਭ ਨੇ ਤਖ਼ਤੀ ਲਿਖੀ ਹੋ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਉਮੀਦ ਕਰਦੀ ਮੇਰੇ ਭੈਣ ਭਾਈ ਠੀਕ ਹੋਣਗੇ ਅਲਹਮਦੁਲਿਲਾਹ ਅਸੀਂ ਵੀ ਠੀਕ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਆਵਾਜ਼ ਰੱਖੀਏ ਜੀ ਅੱਜ ਦਾ ਵਲੋਗ ਕਰਦੇ ਹਾਂ ਸ਼ੁਰੂ ਤੈਨੂੰ ਆਖਿਆ ਲੁਆ ਚਣੇ ਮੇਰੇ ਕੋਲ ਲਈ ਆ ਇਮਰਾਨ ਨੂੰ ਆਖੀ ਲਈ ਆ ਹਾਂਜੀ ਅੰਮਾ ਜੀ ਮੈਂ ਕਿਹਾ ਸੀ ਆਉਂਦੇ ਹੋਏ ਲੈ ਕੇ ਆਉਣ ਆਉਂਦੇ ਹੋਏ ਨਾ ਤੁਹਾਡੇ ਵਾਸਤੇ ਚਣੇ ਲੈ ਆਉਣ ਲਓ ਜੀ ਆਹ ਮਖਾਣੇ ਆਹ ਮਖਾਣੇ ਪਏ ਇਹ ਪਤਾਸੇ ਪਏ ਪਿੰਡਾਂ 'ਚ ਹੀ ਬਣਦੇ ਸਿਰਫ ਸ਼ਹਿਰਾਂ ਦੇ ਵਿੱਚ ਤਾਂ ਬਿਲਕੁਲ ਛੋੜ ਦਿੱਤਾ ਆਹ ਚਨੇ ਨੇ ਜਿਹੜੇ ਮੰਮੀ ਵਾਸਤੇ ਲੈਣੇ ਵਾਲਦਾ ਵਾਸਤੇ ਯਾਰ ਪਿਛਲੀ ਵਾਰੀ ਤੇਰੇ ਕੋਲ ਮੈਂ ਮਹਿੰਦੀ ਲੈ ਕੇ ਗਿਆ ਸੀ ਤੁਸੀਂ ਬੜੀ ਗਰੰਟੀ ਦਿੱਤੀ ਸੀ ਮੈਨੂੰ ਉਹ ਗਰੰਟੀ ਸ਼ੁਦਾ ਨਹੀਂ ਸੀ ਬਰਲ ਤੁਸੀਂ ਬੜੀ ਗਰੰਟੀ ਦਿੱਤੀ ਸੀ ਬਿਲੀਵ ਕਰ ਜਾਓ ਯਕੀਨ ਕਰ ਜਾਓ ਉਹਦਾ ਮੇਰਾ ਖਿਆਲ ਕਿ ਜਿਸ ਤਰ੍ਹਾਂ ਹਲਦੀ ਦਾ ਕਲਰ ਨਹੀਂ ਹੁੰਦਾ ਪੁਖਤਾ ਪੁਖਤਾ ਇੱਦਾਂ ਸੀ ਇੱਦਾਂ ਦਾ ਕਲਰ ਸੀ ਦਰਅਸਲ ਬਜ਼ੁਰਗਾਂ ਨੇ ਲਾਣੀ ਵਾਲਦਾ ਮੇਰੀ ਨੇ 80 ਸਾਲ ਉਹਨਾਂ ਦੀ ਉਮਰ ਉਹ ਤਾਂ ਦੇਖ ਕੇ ਮਹਿੰਦੀ ਦਾ ਰੰਗ ਉਹਨਾਂ ਨੂੰ ਪਤਾ ਲੱਗ ਜਾਂਦਾ 100 ਰੁਪਏ ਦੀ ਕਰੋ ਖਬਲਾ ਲਓ ਜੀ ਇਹ ਚੀਜ਼ਾਂ ਦੇਖੋ ਆ ਸੁਰਮਾ ਆ ਸੁਰਮਾ ਅੱਛਾ ਇਹ ਸੁਰਮੇ ਤੇ ਇਹ ਸੁਰਮੇ 'ਚ ਫਰਕ ਹੈ ਅੰਮਾ ਜੀ ਨਾ ਹੁਣ ਛੱਤ ਜਿਹੜਾ ਸਾਫ਼ ਕਰਨਗੇ ਉਸ ਤੋਂ ਬਾਅਦ ਜਿਹੜੇ ਇਹ ਕਾਲੇ ਚਣੇ ਆ ਨਾ ਇਹਨਾਂ ਨੂੰ ਛੰਡਣਾ ਵਾ ਤਾਂ ਕਿ ਇਹਨਾਂ ਦੇ ਜਿਹੜੇ ਕੋਈ ਛਿਲਕੇ ਉਤਰਨੇ ਵਾਲੇ ਉਤਰ ਜਾਣਗੇ ਔਰ ਇੱਦਾਂ ਦੇ ਪੋਲੇ ਪੋਲੇ ਦਾਣੇ ਰਹਿ ਜਾਣਗੇ ਤਾਂ ਕਿ ਅੰਮਾ ਜੀ ਦੇ ਕੋਲ ਨਾ ਸੁੱਕੇ ਖਾਦੇ ਮਾਸ਼ਾਅੱਲਾ ਜੀ ਬਾਰਿਸ਼ ਦੇ ਨਾਲ ਨਾ ਆਸਮਾਨ ਵੀ ਸਾਫ਼ ਸੁਥਰਾ ਹੋ ਗਿਆ ਔਰ ਘਰ ਵੀ ਕਿੰਨਾ ਸੋਹਣਾ ਸਾਫ਼ ਸੁਥਰਾ ਨਜ਼ਰ ਆ ਰਿਹਾ ਵਾ ਅਤੇ ਕਿਆ ਕਿਹਨੂੰ ਪਹਿਲਾਂ ਕਿਤੇ ਧੁੰਦਾ ਧੁੰਦਰਾ ਆਸਮਾਨ ਸੀ ਜਿੱਦਾਂ ਹੀ ਨੇਰੀ ਤੋਂ ਬਾਅਦ ਬਾਰਿਸ਼ ਆਈ ਤਾਂ ਖੂਬਸੂਰਤ ਹੋ ਗਿਆ ਜਿਹੜੇ ਪੌਦੇ ਆ ਨਾ ਇਹ ਵੀ ਮਾਸ਼ਾਅੱਲਾ ਧੋਤੇ ਗਏ ਕਿਉਂਕਿ ਇਹਨਾਂ ਦੇ ਉੱਪਰ ਵੀ ਬੜੀ ਮਿੱਟੀ ਜੰਮੀ ਹੋਈ ਸੀ ਆਹ ਦੇਖੋ ਇਹ ਚਮਕਦੇ ਪਏ ਲਸ਼ਕਾਰੇ ਮਾਰਦੇ ਪਏ
ਦਿੱਤੀ। ਅੰਮਾ ਜੀ ਨੇ ਰੱਸੀ ਜਿਹੜੀ ਨਾ ਬੰਨ ਕੇ ਦੇ ਦਿੱਤੀ ਹੈ ਅਤੇ ਹੁਣ ਬਾਂਸ ਨੂੰ ਬੰਨਾਂਗੇ ਅਤੇ ਦੀਵਾਰ ਨਾਲ ਬੰਨ ਦਾਂਗੇ, ਕਿਉਂਕਿ ਇਹ ਨਾ ਬਾਂਸ ਜਿਹੜਾ ਹੰਝੀ ਨੂੰ ਹਨੇਰੀ ਆਉਂਦੀ ਨਾ ਉਦੋਂ ਡੀਂਗਾ ਹੋ ਜਾਂਦਾ ਵਾ। ਬੜੇ ਮਜ਼ਬੂਤ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹੁੰਦਾ ਹੀ ਨਹੀਂ ਹੈਗਾ। ਅੰਮਾ ਜੀ ਤੁਸੀਂ ਇਹਨੂੰ ਬਾਂਸ ਨੂੰ ਫੜੋ ਅਤੇ ਮੈਂ ਇਹਨੂੰ ਬੰਨਦੀ। ਦੇਖੋ ਨਾ ਕਿ ਕਿੰਨਾ ਨੀਵਾਂ ਵਾ ਨਾ, ਤੇ ਹੁਣ ਦੇਖੀ ਜਦੋਂ ਖਿੱਚਾਂਗੇ ਦੇਖੀ ਕਿੱਦਾਂ ਹੋਏਗਾ। ਇੱਥੇ ਬਿਲਕੁਲ ਸਹੀ ਹੋਣਾ ਚਾਹੀਦਾ, ਪਰ ਇਹ ਹਨੇਰੀ ਦੀ ਵਜ੍ਹਾ ਤੋਂ ਫਿਰ ਇਹ ਦੜੇ। ਅੰਮਾ ਜੀ ਨੇ ਨਾ ਸ਼ੁਕਰ ਰੱਖਿਆ ਰੱਸੀ ਜਿਹੜੀ ਵੱਟ ਕੇ ਦੇ ਦਿੱਤੀ ਹੈ ਅਤੇ ਹੁਣ ਇਹਨੂੰ ਬਾਂਸ ਨੂੰ ਜਿਹੜਾ ਬੰਨ ਦਿੱਤਾ ਵਾ ਰੱਸੀ ਦੇ ਨਾਲ। ਹੁਣ ਰੱਸੀ ਜਿਹੜੀ ਇੱਥੇ ਅਟੈਚ ਕਰ ਦਿੱਤੀ, ਇਹਦੇ 'ਤੇ ਨਾ ਹਲਕਾ ਫੁਲਕਾ ਜਿਹੜਾ ਕੱਪੜਾ ਉਹ ਪੈ ਸਕਦਾ, ਯਾਨੀ ਕਿ ਜਿੱਦਾਂ ਰੋਟੀ ਵਾਲੇ ਪੌਣੇ ਹੋ ਗਏ, ਰੋਟੀ ਚੁੱਲ੍ਹੇ ਵਾਸਤੇ ਜਿਹੜਾ ਕੱਪੜਾ ਇਸਤੇਮਾਲ ਕਰੀਦਾ ਡਸਟਿੰਗ ਵਾਸਤੇ ਉਹ ਇਸ ਤੋਂ ਖੋਲ ਲਈਦਾ, ਅਤੇ ਇੱਧਰ ਦੋ ਤਾਰਾਂ ਦੇ ਉੱਪਰ ਬੰਦਾ ਕੱਪੜੇ ਖੋਲ ਲੈਂਦਾ। ਇਹ ਕਿ ਹੁਣ ਇੱਕ ਤਾਰ ਐਕਸਟਰਾ ਵੀ ਹੋ ਗਈ ਔਰ ਇਹ ਵੀ ਮਜ਼ਬੂਤੀ ਹੋ ਗਈ, ਹੁਣ ਬਿਲਕੁਲ ਡਿੱਗੇਗਾ ਨਹੀਂ। ਹੁਣ ਤਾਂ ਹੋਰ ਵੀ ਪਿਆ ਸੀ ਅਤੇ ਅੰਮਾ ਜੀ ਕਹਿੰਦੇ ਕਿ ਨਾ ਇਹ ਵਾਰ ਨਹੀਂ ਇਸਤੇਮਾਲ ਕਰਨਾ ਹੈਗਾ, ਮੈਂ ਨਵੀਂ ਵੱਟ ਕੇ ਦੇਣੀ ਹੈ ਰੱਸੀ, ਅਤੇ ਉਹ ਬਣੀ ਹੈ ਫਿਰ ਅਸੀਂ ਉਹੀ ਬਣੀ ਜਿਹੜੀ ਅੰਮਾ ਜੀ ਨੇ ਨਵੀਂ ਵੱਟ ਕੇ ਦਿੱਤੀ ਆ ਚਰਖੇ ਦੇ ਉੱਪਰ। ਚਰਖਾ ਇਹ ਸਾਰੀ ਸਪੈਸ਼ਲ ਇਹਦੇ ਵਾਸਤੇ ਕੱਢਿਆ ਸੀ। ਪਨਕਾਰ ਯਾਨੀ ਕਿ ਸਕੇਲ ਵਗੈਰਾ ਤਾਂ ਮੈਨੂੰ ਮਿਲਿਆ ਨਹੀਂ, ਇਸ ਕਰਕੇ ਨਾ ਹੁਣ ਆਪਾਂ ਕੇਸਟ ਦੇ ਨਾਲ ਦੇਸੀ ਜੁਗਾੜ ਲਗਾਇਆ। ਦੇਸੀ ਤੇ ਦੇਸੀ ਦੇਸੀ ਤੇ ਜੁਗਾੜ
ਯਾਰ ਮੈਂ ਸ਼ਾਹੀ ਜਿਹੜੀ ਆ ਨਾ ਮੈਂ ਕਾਫੀ ਦੇਰ ਦੀ ਬਣਾਈ ਹੋਈ ਆ, ਹੁਣ ਇਹਨੂੰ ਚੀਜ਼ ਲਿਖਦੇ ਹਾਂ। ਅੱਜ ਕਾਫੀ ਦਿਨਾਂ ਬਾਅਦ ਦਿਲ ਕਰਨ ਦੇ ਅਸੀਂ ਕੀ ਲਿਖਾਂ। ਹੁਣ ਲਿਖਦੀ ਹਾਂ ਜੀ, ਮੇਰਾ ਨਾਮ ਮੁਕੱਦਰ ਹੈ, ਜੀ ਅਲਹਮਦੁਲਿਲਾ ਤਖਤੀ ਜਿਹੜੀ ਨਾ ਮੈਂ ਲਿਖ ਲਈ ਹੈ। ਤਖਤੀ ਦੇ ਉੱਪਰ ਕੀ ਲਿਖੀ ਆ ਉਹ ਵੀ ਤੁਹਾਡੇ ਨਾਲ ਇਨਸ਼ਾਅੱਲਾ ਸ਼ੇਅਰ ਕਰਦੇ ਹਾਂ ਜੀ। ਇਹ ਜੀ ਮੈਂ ਤਾਰੀਖ ਲਿਖੀ ਹੈ, ਨਾਮ ਮੁਕੱਦਸ, ਇੱਥੇ ਥੋੜ੍ਹਾ ਗਲਤੀ ਹੋ ਗਈ ਸੀ ਇਸ ਲਈ ਅੱਗੇ ਦੁਬਾਰਾ, ਮੁਕੱਦਸ ਇਮਰਾਨ 1995 ਤੱਕ ਸਭ ਨੇ ਤਖਤੀ ਲਿਖੀ ਹੋ ਲਿਖੀ। ਹਮ ਪੰਜਾਬ ਕੇ ਰਹਿਣੇ ਵਾਲੇ ਹੈਂ, ਅਸੀਂ ਪੰਜਾਬ 'ਚ ਹੀ ਰਹਿੰਦੇ। ਚਲੋ ਜੀ ਹੁਣ ਹਾਂਡੀ ਰੋਟੀ ਦਾ ਟਾਈਮ ਹੋ ਗਿਆ, ਹੁਣ ਹਾਂਡੀ ਰੋਟੀ ਬਣਾਉਂਦੇ ਹਾਂ। ਤੱਕੀ ਵੀ ਲਿਖ ਲਈ ਔਰ ਕਿਸਨਾ ਵੀ ਖੇਡ ਲਿਆ। ਸਾਡੇ ਕੋਲ ਟੇਪ ਵੀ ਪਈ ਆ ਔਰ ਕਿਸਤਾਂ ਵੀ ਪਈਆਂ, ਕਾਫੀ ਜ਼ਿਆਦਾ ਪਈਆਂ। ਐਡਾ ਸਾਰਾ ਪੀਪਾ ਭਰਿਆ ਪਿਆ, ਐਡਾ ਸਾਰਾ ਉਸ ਤੋਂ ਇਲਾਵਾ ਵੀ ਪਈਆਂ ਫਰੀਆਂ। ਉੱਧਰ ਦੇਖੋ ਤੁਹਾਨੂੰ ਨਾ ਕਾਲਾ ਸਿਆ ਬੱਦਲ ਜਿਹੜਾ ਨਜ਼ਰ ਆ ਰਿਹਾ, ਲੱਗਦਾ ਏਦਾਂ ਕਿ ਜਿਵੇਂ ਨਾ ਉੱਧਰ ਬਾਰਿਸ਼ ਹੋ ਰਹੀ ਆ ਅਤੇ ਬੱਦਲ ਅੱਗੇ ਨੂੰ ਹੀ ਆ ਰਿਹਾ ਵਾ ਇੱਧਰ ਨੂੰ ਆਪਣਿਆਂ ਨੂੰ। ਬਾਕੀ ਨਾ ਅੱਲਾ ਪਾਕ ਆਪਣੀ ਰਹਿਮਤ ਦੀ ਬਾਰਿਸ਼ ਕਰੇ, ਕਿਉਂਕਿ ਬਾਰਿਸ਼ ਜਿਹੜੀ ਹੋਈ ਹੈ ਨਾ ਇਹਦਾ ਨਾ ਪੂਰੇ ਘਰ ਦਾ ਨਾ ਕਹਿੰਦੇ ਸਤਿਆਨਾਸ ਹੋ ਗਿਆ ਹੈ ਨਾ, ਯਾਨੀ ਕਿ ਘਰ ਦੀ ਸਾਰੀ ਖਰਾਬ ਹੋ ਗਿਆ, ਹੋਰ ਖੁੱਲ੍ਹ ਗਿਆ ਸਾਰਾ ਕਮਰਾ ਵੀ, ਛਪਰਾ ਵੀ, ਮਿੱਠੀਆਂ ਵਗੈਰਾ ਹਰ ਚੀਜ਼ ਖਰੀਦ ਲਈ। ਇੱਥੇ ਤੱਕ ਕਿ ਇੰਨੀ ਖੁਰ ਗਈ ਮਿੱਟੀ ਕਿ ਤੂੜੀ ਨਿਕਲ ਆਈ, ਇੱਧਰ ਦੇਖੇ ਤੂੜੀ ਕਿਵੇਂ ਚਮਕਦੀ ਪਈ ਹੈ। ਤੂੜ ਜਿਹੜਾ ਨਾ ਇਸ ਤੋਂ ਵੀ ਜ਼ਿਆਦਾ ਖਰਾਬ ਹੋਇਆ, ਉਹ ਵੀ ਤੁਹਾਨੂੰ ਦਿਖਾਉਂਦੀ। ਤਾਂ ਬਿਲਕੁਲ ਹੀ ਟੁੱਟਾ ਭੁੱਜਾ ਪਿਆ, ਸਾਰਾ ਖਰਾਬ ਹੋ ਗਿਆ। ਹਾਲੇ ਤਾਂ ਲੱਗਦੀ ਮਾੜੀ ਮਾੜੀ ਮਿੱਟੀ ਲਾਈ ਤਾਂ ਸਿਰਫ ਤੂੜੀ ਰੱਖੀ ਹੋਈ ਆ, ਮਿੱਟੀ ਹੈ ਹੀ ਨਹੀਂ। ਆਹ ਸਾਰੀ ਇੱਥੋਂ ਤਾਂ ਆਹ ਕਿੱਦਾਂ ਟੁੱਟੀ ਭੁੱਜੀ ਪਈ ਸਾਰੀ ਇਹਦੀ ਨਾ ਹੁਣ ਇੱਕ ਵਾਰੀ ਪੂਰੇ ਘਰ ਦੀ ਮੁਰੰਮਤ ਹੋਣੀ ਹੈ ਤਾਂ ਫਿਰ ਹੀ ਘਰ ਸੋਹਣਾ ਲੱਗਣਾ, ਸਫਾਈ ਹੋ ਜਾਏਗੀ ਸਾਰੀ, ਮਜ਼ਬੂਤੀ ਹੋ ਜਾਏਗੀ।